ਉਹ ਚੋਰਾਂ ਦੇ ਕਬੂਤਰ ਅਤੇ ਸੱਪਾਂ ਤੋਂ ਬਹੁਤ ਕੀ ਸੀ ਡਰਦਾ ਸੀ। ਇਹਨਾਂ ਤਿੰਨਾਂ ਬਲਾਵਾਂ ਦਾ ਖਤਰਾ, ਬਲਾਵਾਂ ਦਾ ਮਤਲਬ ਉਸ ਦਿਨ ਕੀ ਦੱਸਿਆ ਸੀ, ਇਹਨਾਂ ਤਿੰਨਾਂ ਬਲਾਵਾਂ ਦਾ ਖਤਰਾ ਕੀ ਹੈ, ਰਾਤ ਵੇਲੇ ਕੀ ਹੈ ਵੱਧ ਸੀ। ਤਾਂ ਕੀ ਹੋਇਆ, ਮੋਹਣ ਰਾਤ ਤੋਂ ਡਰਦਾ ਸੀ, ਜਿਹੜਾ ਮੋਹਣ ਹੈਗਾ ਸੀ ਉਹ ਰਾਤ ਤੋਂ ਡਰਦਾ ਸੀ। ਰਾਤ ਤੋਂ ਮਤਲਬ ਕੀ ਹੈ, ਜਦੋਂ ਰਾਤ ਹੋ ਜਾਂਦੀ ਸੀ ਤਾਂ ਰਾਤ ਤੋਂ ਡਰ ਲੱਗ ਜਾਂਦਾ ਸੀ। ਤਾਂ ਫਿਰ ਕੀ ਹੋਇਆ, ਰਾਤ ਵੇਲੇ ਉਹਨੂੰ ਲੱਗਦਾ ਕੋਈ ਚੋਰ ਅੰਦਰ ਵੜ ਆਇਆ, ਤਾਂ ਉਹ ਪੁੱਜੇ, ਸੱਪ ਰੀਂਗ ਰਿਹਾ ਸੀ ਅਤੇ ਕਮਰੇ ਦੇ ਕੋਨੇ ਵਿੱਚ ਪੂਤ ਸੀ ਅਤੇ ਉਹਨੂੰ ਘੂਰ ਰਿਹਾ ਸੀ। ਉਸਨੂੰ ਕੀ ਫੀਲ ਹੋਇਆ ਕਿ ਜਦੋਂ ਰਾਤ ਹੋਈ ਤਾਂ ਕੀ ਉਸਨੂੰ ਲੱਗਿਆ ਜਿਵੇਂ ਕੋਈ ਅੰਦਰ ਕਮਰੇ ਦੇ ਅੰਦਰ ਕੀ ਹੈ ਚੋਰ ਵੜ ਆਇਆ, ਪਰ ਕੀ ਸੀ ਪੁੱਜੇ। ਪੁੱਜੇ ਦਾ ਮਤਲਬ ਕੀ ਦੱਸਿਆ ਸੀ ਤੁਹਾਨੂੰ, ਪੁੱਜੇ ਦਾ ਮਤਲਬ ਸੱਪ ਰੀਂਗ ਰਿਹਾ ਸੀ, ਰੀਂਗ ਦਾ ਮਤਲਬ ਸੱਪ ਕੀ ਹੈ ਨੀਚੇ ਲੱਗੇ ਰੀਂਗ ਰੀਂਗ ਕੇ। ਤਾਂ ਕੀ ਹੋਇਆ,